शुगर चेक करनी है की करना वा दस और की क्रिएट कर लिया मो पानी नहीं पैदा पहला टीके तो दुख दवाई टीका नहीं आए टिशू दे मेनू पता नहीं लगा भी की होया नहीं पता है ना मुझे लगता है एक मिनट की होया आ देखिए मेनू तो दसी भी खून निकलया कितना आ मैं दसी कितना निकलया हां जी जी ठीक है जी इजाजत करो ना यार देती ना बस ठीक है ठहर एक मिनट अच्छा हूं मैं की होया हेलो दहा कितनी है 130 सही है यार दूजी पा यार बड़ी पाओ सारा कर ओ की है यार जी इतना नहीं करानी खोर हाल में बड़ा बड़ा सुआ मार देने थोड़े हैं बड़ा बड़ा सुआ ए तो सोखा ही है या फिर बर्फ से कोई कैंची नहीं और मार के दो पार पा देने को करी यार इना कुछ नहीं होना छोटा सा सुराख होना था डियो ओए लाख लाड़ा तो केड़ा छोटा जा किथे सुराख आ ए वही है ना जेडी जेडी मशीन 70 बंदे ले आ ओए राजी का दे ना यार जेतना सुराख लगा लाया हुए उन्होंने मेरे उन्होंने अच्छा क्यों अच्छा की करना की उन्हें मतलब कब आर पार कर देनी उन्हें वैसे ही फिरता जा रही है वो कढ़ाई करो मैं तेरे मतलब अंदर पार पकाल कर देनी पागल जी चल अभी कर ओए होए उधर जी मदद से चल 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 यार छोड़ दस यार ओ दंडी यार फट दी तेरा का फाड़ ला तू चल और मैं अपन दस्ती दे करने चल जी दस भी नहीं होना चल डर रख लेना तू बार बार जरूर देख रहा आइसक्रीम पई है भी चेक करो जी यार सोनी मतलब सारी तक मैं जान दे दिया उंगल तू दे नहीं दिया साल अगला खंजर काट लवे नहीं यार फैसला तू अज मैं मायूस किया यार एक शुगर चेक करने यार एक माड़ी जी सुई तेरे चबाउणी तू 15 मिनट सानू जलील किया लै आ मैं भी तो उस तो पहले की है मोके
ਜੇ ਮੋਕਿਆ ਕੰਮ ਆਹੋ ਅੱਛਾ ਇਧਰ ਉਹਦੀ ਤਬੀਅਤ ਖਰਾਬ ਹੋਵੇ ਨਾ ਪਰਸ ਘਰ ਰੱਖਉਂਦੇ ਆ ਤੇ ਆ ਬਾਹਰ ਨਿਕਲ ਤੇ ਮੈਂ ਕਿਤੇ ਨਹੀਂ ਕੀ ਬਣ ਬੋਲਾ ਐਸਾ ਡਰਪੋਕ ਮਰੇ ਤੋ ਨਹੀਂ ਆ ਆਰਟਿਸਟ ਹਨਾ ਆਰਟਿਸਟ ਮਾਰੇ ਜਿੰਦੇ ਅੱਛਾ ਮੁੜ ਕੇ ਇਹਨੇ ਸਾਧ ਨੂੰ ਮੇਰਾ ਸਤਾ ਜੀ ਅੱਜ ਮੇਰੇ ਕੋ ਕਿਤੇ ਬਟੂਆ ਹੁੰਦਾ ਤੇ ਖਾਲੀ ਨਾ ਜਾਂਦੇ ਮੈਂ ਸਾਰਿਆਂ ਨੂੰ 100-100 ਦਿੰਦਾ ਵੀ ਜਦੀ ਸੁੱਟ ਗਿਆ ਮੇਰੇ ਅੱਛਾ ਕੀ ਤੈਨੂੰ ਕੀ ਸੀ ਵੈਸੇ ਕਿ ਅਸੀਂ ਕੀ ਕਰਨ ਲੱਗੇ ਆ ਤੇਰੇ ਦੇ ਤੁਸੀਂ ਕਿ ਸੂਈ ਅੰਦਰ ਪਾ ਲੋ ਜਾਣੀ ਹੈ ਉਸਤਾਦ ਜੀ ਔਰ ਸਹੀ ਹੋ ਗਿਆ ਉਹ ਵੀ ਜ਼ਬਰਦਸਤੀ ਲੋ ਆਇਆ ਸੀ ਨੰਦੂ ਲਾਲ ਨੂੰ ਆਉਣੇ ਪੜ ਗਏ ਫੈਸਲਾ ਕਰ ਤੈਨੂੰ ਕੱਲ ਨੂੰ ਅੱਲਾ ਨਾ ਕਰੇ ਕੋਈ ਮਸਲਾ ਬਣ ਜਾਂਦਾ ਬੰਦੇ ਖੁਦਾ ਦੇ ਤੇ ਅਗਲੇ ਕਾਂ ਟੈਸਟ ਕਰਾਉਣੇ ਮਸਲ ਟੈਸਟ ਕੀ ਤੂੰ ਸਟੇਡੀਅਮ 'ਚ ਜਾ ਕੇ ਕਰਾਏਗਾ ਕ੍ਰਿਕਟ ਵਾਲੇ ਨਹੀਂ ਪਾਏ ਨੇ ਤੇ ਲਵਾੜੀ ਦੇ ਟੈਸਟ ਮੰਗਣੇ ਆ ਚਿੱਟਰ ਦਾ ਬੰਦਾ ਕੱਲ ਨੂੰ ਯਾਰ ਮੇਰੀ ਗੱਲ ਸੁਣੋ ਉਹ ਜਿਹੜੀ ਇੱਕ ਉਹ ਇੱਥੋਂ ਕੱਢਦੇ ਆ ਖੋਲ ਤੋਬਾ ਖੁਦਾ ਨਾ ਖਾਸਤਾ ਇੱਥੇ ਪਾ ਕੇ ਪੂਰੀ ਸੂਈ ਨਾੜ ਦੇ ਵਿੱਚ ਪਾ ਕੇ ਕੱਢਦੇ ਨੇ ਉਹ ਕੀ ਕਰੇਗਾ ਪਾਉਂ ਸੇ ਵੀ ਨਹੀਂ ਕੰਮ ਕਰ ਰਿਹਾ ਉਹ ਆ ਜੀ ਯਾਰ ਇਹਦੇ ਨਾਲ ਕਹਿੰਦੇ ਅਕਸਰ ਮੈਂ ਸੁਣਿਆ ਕਿ ਉਹ ਕੋਈ ਇਨਫੈਕਸ਼ਨ ਵੀ ਹੋ ਜਾਂਦਾ ਹੈ ਉਹ ਮੈਂ ਦੱਸਾਂ ਇਹ ਹੁੰਦਾ ਕਿ ਜੇ ਬੰਦਾ ਰੋਵੇ ਨਾ ਚੈੱਕ ਕਰਾਉਣ ਲੱਗੇ ਠੀਕ 13 ਦਿਨਾਂ ਬਾਅਦ ਉਹਦੀ ਉਂਗਲ ਕਟਾਉਣੀ ਪੈ ਜਾਂਦੀ ਨਹੀਂ ਮੈਂ ਰੋਇਆ ਤਾਂ ਨਹੀਂ ਸੀ ਨਹੀਂ ਰੋਇਆ ਨਹੀਂ ਕਹਿੰਦਾ ਜਿੰਨਾਂ ਚਿੱਟੀ ਸ਼ਰਟ ਪਾਈ ਹੋਵੇ ਬਾਰੇ ਆਂਸੂ ਦੇ ਪਰ ਹਾਂਜੀ ਚੈੱਕ ਕਰਾਉਂਦੇ ਆ ਜਿਹਨੂੰ ਚਿੱਟੀ ਸ਼ਰਟ ਪਾਈ ਹੋਵੇ ਉਹਦਾ ਬਾਈਪਾਸ ਵੀ ਹੁੰਦਾ ਸਟਾਫ ਦੀ ਸ਼ਰਟ ਪਾਈ ਤੂੰ ਫਿਰ ਡਰਨੇ ਆ ਤੂੰ ਸਭ ਕੁਝ ਤਾਂ ਨਹੀਂ ਹੈ ਤੇ ਫਿਰ ਡਰਨ ਕਦੇ ਆ ਤੇ ਤੂੰ ਇੰਜ ਪਾਇਆ ਮਤਲਬ ਜਿਵੇਂ ਤੂੰ ਤੈਨੂੰ ਜਿੱਥੇ ਮਰਜ਼ੀ ਭੇਜ ਦਿਓ ਪੂਰੀ ਫਿਲਮ ਚ ਇੱਕ ਸ਼ਾਟ ਹੁੰਦਾ ਤੇ ਕਹਿੰਦਾ ਮੌਲਾ ਅੱਜ ਕੁਛ ਕਰੇਗਾ ਬਸ ਤੂੰ ਮੁੜ ਕੇ ਪੇਮੈਂਟ ਲੈ ਲਈ ਐਵੇਂ ਖੇਤ ਚ ਉੱਠ ਕੇ ਅੱਜ ਮੌਲੇ ਦੀ ਅੱਖ ਲਾਲ ਏ ਅੱਜ ਅੱਜ ਕੋਈ ਨਵਾਂ ਚੱਲ ਚੜਾ ਆਹੋ ਅੱਜ ਮੌਲੇ ਦੀ ਅੱਖ ਚ ਲਾਲੀ ਵੇਖੀ ਮੌਲਾ ਜੱਟ ਫਿਲਮ ਚ ਇਦਾਂ ਦਾ ਸਿਰਫ ਇੰਨਾ ਦਾ ਕਰੈਕਟਰ ਹੁੰਦਾ ਕਿ ਤੈਨੂੰ ਮੌਲਾ ਘੋੜੇ ਤੇ ਆਇਆ ਤੇ ਚਾਰ ਕੁ ਬੈਠੇ ਨੇ ਬੰਦੇ ਲੁੱਡੋ ਖੇਡਣ ਤੇ ਨੱਸ ਕੇ ਆਇਆ ਨੂੰ ਹੋ ਜਾਣਾ ਬਸ ਨਹੀਂ ਨਹੀਂ ਇਹੋ ਜਿਹਾ ਅੰਦਰ ਬਣ ਜਾਣਾ ਖੇਤ ਚ ਕੰਮ ਕਰ ਰਿਹਾ ਨਾ ਉਧਰੋਂ ਮੌਲੇ ਦਾ ਘੋੜਾ ਡੁੱਟ ਦੂ ਤੇ ਇੱਕਦਮ ਇੰਜ ਕਰੇ ਰੱਬ ਖੈਰ ਕਰੇ ਖੂਨ ਜ਼ਮੀਨ ਤੇ ਨਹੀਂ ਡਿੱਗਦਾ ਉਸ ਤੋਂ ਪਹਿਲੇ ਫੌਤ ਹੋ ਜਾਂਦਾ ਅੱਛਾ ਸ਼ੁਕਰ ਆ ਕੁਛ ਬਿਹਤਰ ਹੋਰ ਕਰੇ ਮੈਂ ਪਤਾ ਲੈਣ ਗਿਆ ਤੇ ਮੈਨੂੰ ਪਤਾ ਲੱਗਾ ਵੀ ਮਤਲਬ ਦੋ ਤਿੰਨ ਐਸੇ ਕਰੈਕਟਰ ਪਤਾ ਲੈਣ ਆਏ ਨੇ ਜਿਹੜੇ ਜ਼ਿਆਦਾ ਤਬੀਅਤ ਖਰਾਬ ਕਰ ਗਏ ਵਾਲ ਸਾਹਿਬ ਇੱਕ ਦੀ ਚਾਚੀ ਆਈ ਉਹ ਤਬੀਅਤ ਖਰਾਬ ਕੁਛ ਐਸੇ ਹੁੰਦੇ ਨੇ ਪ੍ਰਾਹੁਣੇ ਮਰੀਜ਼ ਦੇ ਕੋਲ ਬੈ ਕੇ ਨਾ ਬੁੱਢੀਆਂ 6 ਬੱਚੇ ਹੁੰਦੇ ਨੇ ਨਾਲ ਇੱਕ ਬੱਚਾ ਪਹਿਲੇ ਪੇਟੀ ਤੇ ਚੜਿਆ ਹੁੰਦਾ ਸਭ ਤੋਂ ਪਹਿਲੇ ਉਹਨੂੰ ਤੋਂ ਗੱਲਾਂ ਸਿੱਖਣਾ ਥੱਲੇ ਮਰੀਜ਼ ਨੂੰ ਡਾਕਟਰ ਕਹਿੰਦੇ ਲਾ ਕੇ ਸ਼ੋਰ ਨਹੀਂ ਪਾਉਣਾ ਇਹਦੇ ਲਾ ਕੇ ਬਿਲਕੁਲ ਤੁਸੀਂ ਕੋਈ ਐਕਟੀਵਿਟੀ ਐਸੀ ਨਹੀਂ ਕਰਨੀ ਕਿ ਇਰੀਟੇਟ ਹੋ ਗਿਆ ਤੇ ਉਹ 6 ਬੱਚੇ ਲੈ ਕੇ ਤਾਂ ਪਤਾ ਲੈਣ ਆ ਗਈ ਹੈ ਤੇ ਇੱਕ ਬੱਚਾ ਪਰੇ ਟੁੱਟ ਗਿਆ ਇੱਕ ਨੇ ਪਰੇ ਉਹ ਸਾਈਕਲ ਸਿੱਟਤਾ ਇੱਕ ਨੇ ਇਧਰੋਂ ਗਲਾਸ ਸਿੱਟਤਾ ਉਸੇ ਕਮਰੇ 'ਚ ਹੀ ਤੇ ਉਹ ਮਰੀਜ਼ ਵਿਚਾਰਾ ਆਹੋ ਤੇ ਨਾਲ ਉੱਥੇ ਬੈਠੀ ਕਹੀ ਜਾਣਾ ਹਾਏ ਭਾ ਨਾਲ ਰੋਈ ਜਾਣਾ ਅੱਲਾ ਸੀ ਇੱਦਾਂ ਇੱਦਾਂ ਕਿਤੇ ਦੇਣੀ ਇਹਨਾਂ ਨੇ ਸਿਹਤ ਫਲਾਣੀ ਜਗ੍ਹਾ ਤੇ ਡਾਕਟਰ ਗੁਲਾਮ ਹੁੰਦਾ ਨਹੀਂ ਕਈ ਸੋਹਣੀ ਕਰੈਕਟਰ ਬੈਠੇ ਦਿਲ ਕਰੇ ਬੀਬੀਆਂ ਖੈਰੀ ਦੇਖ ਲਾ ਭਾ ਅਮਨੀਰ ਦੇ ਮੁੰਡੇ ਨੇ ਉੱਥੇ ਮਕਾਨ ਵੇਚ ਕੇ ਲਾਤਾ ਨਹੀਂ ਬਚਿਆ ਪਰ ਤੂੰ ਨੀ ਘਬਰਾਉਣਾ ਉਹ ਮਰ ਗਿਆ ਤੇ ਉਹਨੂੰ ਕਹਿੰਦੇ ਤੂੰ ਨੀ ਘਬਰਾਉਣਾ ਨਹੀਂ ਉਹਦਾ ਤੇ ਬਹੁਤ ਤੇਰੇ ਤੇ ਗੁਰਦਿਆਂ ਦਾ ਸਿਰਫ ਮਸਲਾ ਨਾ ਤੇਰੇ ਤੇ ਸਿਰਫ ਕੀ ਅੰਦਰ ਹੈਪਾਟਾਈਟਿਸ ਆ ਉਹਨੂੰ ਤੇ 100 ਬਿਮਾਰੀਆਂ ਸੀ ਇੱਕ ਨਾਲ ਡਾਇਰੈਕਟਰ ਮੇਰਾ ਕਜ਼ਨ ਜਨਮ ਮੇਰੇ ਅੱਬੂ ਦਾ ਪਤਾ ਲੈਣ ਆਇਆ ਮੇਰੇ ਅੱਬੂ ਦੀ ਚਾਰ ਪਈ ਨਾ ਇੱਕ ਮਿੰਟ ਸਾਹਮਣੇ ਆ ਉਹਨੇ ਆਪਣੀ ਚਾਰ ਪਈ ਮੇਰੇ ਅੱਬੂ ਦੀ ਚਾਰ ਪਈ ਤੋਂ ਅੱਗੇ ਡਾਲੀ ਏਅਰ ਕੂਲਰ ਦੇ ਏਅਰ ਕੂਲਰ ਦੇ
ਦੇਖੋ ਕਹਿਣ ਦਿਆ ਤਾਇਆ ਓਏ ਹੋਏ ਬਾਹਰ ਬਹੁਤ ਗਰਮੀ ਆ ਤੂੰ ਚੰਗਾ ਜਿਹੜਾ ਅੰਦਰ ਪਿਆ ਅੱਬਾ ਕਹਿੰਦਾ ਤੇ ਉਹਨੇ ਭਾਵੇਂ ਰੋਟੀ ਸ਼ੁਰੂ ਕੀਤੀ ਨਾ ਤੇ ਐਡੀ ਬੁਰਕੀ ਇੰਜ ਕਰਕੇ ਤੇ ਅੱਬੂ ਨੂੰ ਕਹਿੰਦਾ ਸ਼ਾਇਦ ਬੁਲਾਓ ਨਾ ਰੱਖੋ ਤੇ ਬਸ ਪੜੋ ਇਹਨਾਂ ਦਾ ਲੱਗੇ ਨਾ ਸੂਰਜ ਯਾਸੀਨ ਪੜੋ ਇਹਨਾਂ ਲੱਗ ਉਹ ਮਰੀਜ਼ ਉਹਦਾ ਫੁੱਲ ਜ਼ੇਰ ਬਣਾ ਦੇਣਾ ਕਿ ਮੈਂ ਤਕਰੀਬਨ ਮੈਂ ਮਰ ਗਿਆ ਵਾਂ ਬਈ ਮੈਂ ਹਿਸਾਬ ਨਾ ਅੱਛਾ ਮਰੀਜ਼ ਬੈਠੀ ਉੱਠ ਕੇ ਗਈ ਆ ਤੇ ਮਗਰੋਂ ਹੀ ਆਵਾਜ਼ ਆ ਗਈ ਚੰਗਾ ਵੀ ਚਾਚਾ ਮੈਂ ਚੱਲੀ ਮੇਰਾ ਨਾ ਚਾਚ ਦਾ ਮੁੰਡਾ ਜੇ ਕਰੇ ਚਾਚਾ ਕੋਈ ਆਪਾ ਮਾਸ਼ਾਅੱਲਾ ਠੀਕ ਆ ਉਹ ਮੇਰੇ ਚਾਚੇ ਦੀ ਕਬਰ ਨਾ ਬੜੀ ਸੋਹਣੀ ਜਗ੍ਹਾ ਬੋਰਡ ਲੱਗਾ ਬਿਮਾਰ ਵੀ ਹੋ ਗਿਆ ਨਾ ਤੇ ਤਸੱਲੀ ਦੇ ਰਹੀ ਹੈ ਚੰਗਾ ਭਾ ਅੱਲਾ ਚੱਲਦਿਆਂ ਫਿਰਦਿਆਂ ਲਾ ਜਾ ਬਿਹਤਰ ਮੇਰੇ ਚਾਚੇ ਦੀ ਹੁੰਦੀ ਮਤਲਬ ਹੈ ਦੋ ਬੱਚਿਆਂ ਨੇ ਕਸਮੇ ਪੀਪੜੀ ਵਾਲੀ ਜੁੱਤੀਆਂ ਪਾਈਆਂ ਮੇਰੇ ਆਪਾਂ ਨੂੰ ਮੇਰੇ ਅੱਬੂ ਕੀ ਕਹਿੰਦੇ ਸਾਹਿਲ ਆ ਮਿਸਰੀ ਬੱਚੇ ਪਤਾ ਕਰ ਜੁੱਤੀਆਂ ਨਵੀਆਂ ਫੌਜਗੀ ਤੇ ਵੀ ਸਾਡੀਆਂ ਬੁੱਢੀਆਂ ਜਾਂਦੀਆਂ ਨੇ ਤੇ ਉਹਨਾਂ ਨੂੰ ਸੂਟ ਸਵਾਉਂਦੀ ਆ ਫੌਜਗੀ ਵਾਲਾ ਲੈ ਦਾ ਫੁਲਾਣਾ ਵਾਲਾ ਲੈ ਦਾ ਅੱਛਾ ਮੇਰੀ ਮਾਂ ਇੱਕਦਮ ਬੈਠੇ ਬੈਠੇ ਨਾ ਘਰ ਮੇਰੀ ਅੰਮੀ ਕੀ ਕਹਿ ਰਹੀ ਹੈ ਉਹ ਫੁਲਾਣਾ ਰਿਸ਼ਤੇਦਾਰ ਸਾਡਾ ਕੋਈ ਵਿਚਾਰਾ 80 ਸਾਲ ਜ਼ਿੰਦਗੀ ਉਹਦੀ ਨਾ ਆਵਾਜ਼ ਆਉਣ ਵਾਲੀ ਆ ਤਾਂ ਮੇਰੇ ਕੋਲ ਸੂਟ ਕੋਈ ਨਹੀਂ ਹੈ ਫੌਜਗੀ ਤੇ ਜਾਣ ਵਾਸਤੇ ਵੀ ਸੂਟ ਲੈ ਦੇਣਾ ਕਿ ਫੌਜਗੀ ਤੇ ਜਾਣਾ ਤੇ ਸੂਟ ਪਾ ਕੇ ਜਾਣਾ ਮੇਕਅਪ ਪੂਰਾ ਕਰਕੇ ਜਾਣਾ ਸ਼ਾਇਦ ਮਤਲਬ ਮਰਨ ਲੱਗੇ ਅਗਲਾ ਕੋਈ ਇੱਕ ਦੋ ਅੱਛੇ ਚਿਹਰੇ ਦੇਖ ਜਾਵੇ ਚਲੋ ਚਲੀ ਦਾ ਮੁਕਾਮ ਆ ਦੁਨੀਆ ਚਲੋ ਚਲੀ ਦਾ ਮੇਲਾ ਵਾ ਸੱਸ ਭਾਈ ਫੈਸਲ ਦੇ ਭਰਾ ਦੀ ਆ ਤੇ ਤਵੀਜ਼ ਇਹਨਾਂ ਨੂੰ ਪਾ ਗਈ ਗੁਲਾਮਾਬਾਦ ਦਾ ਡਾਕਟਰ ਆ ਉੱਤੇ ਬੜਾ ਰਸ਼ ਹੁੰਦਾ ਪਹਿਲੇ ਯਾਨੀ ਕਿ ਨਾ ਬੁਕਿੰਗ ਕਰਾਉਣੀ ਪੈਂਦੀ ਟੋਕਨ ਲੈਣਾ ਪੈਂਦਾ ਕਹਿੰਦੀ ਮੈਂ ਕਈ ਮਰੀਜ਼ ਦੇ ਲਾਗੇ ਬੈ ਕੇ ਨਾ ਜਿਹੜਾ ਪਤਾ ਲੈਣ ਆਏਗਾ ਨਾ ਉਹਨੇ ਆਪਣਾ ਇੱਕ ਡਾਕਟਰ ਦੱਸ ਕੇ ਜਾਣਾ ਜਿਹੜਾ ਆਏਗਾ ਉਹਨੇ ਕਹਿਣਾ ਕੀ ਹੋਇਆ ਆਰਫ ਕੋ ਗਏ ਆਰਫ ਕਿਹੜਾ ਜੀ ਆਰਫ ਚੌਧਰੀ ਡਾਕਟਰ ਆਰਫ ਚੌਧਰੀ ਇਹ ਗੁਲਾਮਾਬਾਦ ਨੁੱਕਰ ਤੇ ਗਏ ਉਹਦੇ ਕੋਲ ਨਹੀਂ ਜੀ ਓਏ ਹੋਏ ਹੋਏ ਇਹ ਹੋਣਾ ਹੀ ਨੀ ਸੀ ਹਾਲ ਜੇ ਤੁਸੀਂ ਉਹਦੇ ਕੋਲ ਚਲੇ ਜਾਂਦੇ ਇੱਕ ਜਿਹੜਾ ਨਾਲ ਬੈਠਾ ਸਾਹਮਣੇ ਉਹਦੇ ਉਹ ਆਖਣ ਨਾ ਨਾ ਭਾਈ ਆਰਫ ਨੂੰ ਛੱਡੋ ਉਹ ਗੁਲਾਮ ਨਾਲ ਵੀ ਬਹੁਤ ਅੱਛਾ ਆਹਲੇ ਤਾਜ਼ਾ ਹੀ ਦੇਖ ਰਿਹਾ ਦੋਵਾਂ ਨੂੰ ਤਾਜ਼ਾ ਹੀ ਪੜ ਕੇ ਆਇਆ ਬਾਹਰੋਂ ਸਾਡੇ ਮਰੇ ਦਾ ਮੁੰਡਾ ਸੀ ਤੇ ਦੋਨੇ ਹੀ ਗੁਰਦੇ ਫੇਲ ਹੋ ਗਏ ਖੁਦ ਕੋ ਗਿਆ ਹੀ ਆ ਤੇਰਾ ਤਾਂ ਹਾਲੇ ਇੱਕ ਠੀਕ ਆ ਤੇਰਾ ਤਾਂ ਰੌਲਾ ਹੀ ਕੋਈ ਨਹੀਂ ਅਸੀਂ ਨਾ ਅਸੀਂ ਬੈੱਡ 'ਚ ਬੈਠੇ ਤੇ ਅੱਬੂ ਬੈੱਡ 'ਤੇ ਲੰਮੇ ਪਏ ਮੈਂ ਬਾਰੀ 'ਚ ਬੈਠਾ ਸੀਗਾ ਗਲੀ 'ਚ ਨਾ ਕੁਲਫੀਆਂ ਲੰਘਿਆ ਉਹ ਪੂਰਾ ਦੋਸਤ ਸੀਗਾ ਤੇ ਅੱਬੂ ਕਹਿੰਦੇ ਯਾਰ ਸਾਹਿਬ ਮੈਂ ਕੁਲਫੀ ਖਾਣੀ ਆ ਖੋਏ ਵਾਲੀ ਤੇ ਉਹ ਅਕਸਰ ਅੱਬੂ ਖੋਏ ਵਾਲੀ ਕੁਲਫੀ ਦੇ ਉੱਪਰ ਖੋਇਆ ਹੋਰ ਪਾ ਕੇ ਦਿੰਦਾ ਡਬੋ ਕੇ ਤੇ ਉਹਨੇ ਖੋਇਆ ਨਹੀਂ ਪਾ ਕੇ ਦਿੱਤਾ ਅੱਬੂ ਕਹਿੰਦੇ ਖੋਇਆ ਕਿਉਂ ਨਹੀਂ ਪਾ ਦਿੰਦਾ ਮੈਂ ਤੁਹਾਨੂੰ ਪੁੱਛਦਾ ਹਾਂ ਤੇ ਮੈਂ ਕਿਹਾ ਕੀ ਗੱਲ ਹੋਈ ਚਾਚੇ ਖੋਇਆ ਨਹੀਂ ਪਾ ਕੇ ਦਿੱਤਾ ਕਹਿੰਦਾ ਯਾਰ ਖੋਇਆ ਮੁੱਕ ਗਿਆ ਅੱਬੂ ਹੁਣ ਦੋ ਕਹਿੰਦੇ
ਕੀ ਗੱਲ ਚਰਾਗਾ ਚ ਪਾ ਲਿਆ ਚਰਾਗਾ ਚ ਪਾ ਲਿਆ ਮਰਾਸੀ ਲੱਗਦਾ ਮੈਨੂੰ ਤੇ ਮਰਾਸੀ ਬੰਦੇ ਨੀ ਹੁੰਦੇ ਮੈਂ ਕਿਹਾ ਕੰਜਰ ਨੀ ਆ ਜਿਹੜਾ ਕੰਜਰ ਤੇਰੇ ਚਾਰੇ ਭਰਾ ਗੜੇ ਆ ਐਨਕਾ ਵਾਲਾ ਮੈਂ ਕਿਹਾ ਜੀ ਇਹ ਇੱਕ ਯਾਰ ਨੇ ਆਪਣਾ ਉਹਨੇ ਮੇਰਾ ਸਹੀ ਪੁੱਤ ਬੇੜਾ ਗਰਕ ਕੀਤਾ ਹੀ ਜਾਨੀ ਮੈਂ ਕਿਹਾ ਉਹਨੇ ਕੀ ਕੀਤਾ ਓਏ ਉਹ ਦਵਾਈਆਂ ਦੇਈ ਜਾਂਦਾ ਉਹਦੀ ਮਾਂ ਦੀ ਏਦਾਂ ਉਹਦੀ ਭੈਣ ਦੀ ਕਹਿੰਦੇ ਮੈਂ ਉਹਨੂੰ ਕਿਹਾ ਮੈਂ ਠੀਕ ਹੋ ਗਿਆ ਮੈਂ ਤੇ ਇੱਥੇ ਪਰਚਾ ਕਰਾਉਣਾ ਹੀ ਠੀਕ ਹੋ ਗਿਆ ਯਾਰ ਓਏ ਯਾਰ ਓਏ ਯਾਰ ਫੈਸਲਾਬਾਦ ਵੱਡਾ ਹੀ ਕੰਮ ਆ ਲੱਗਦੀ ਕੀ ਬਾਤ ਮੇਰਾ ਤੇ ਜੱਟ ਦਾ ਫਾਇਦਾ ਪਾ ਕੇ ਤਾਂ ਮੈਂ ਜ਼ਿੰਦਗੀ 'ਚ ਮੈਂ ਤੇ ਕਿਸੇ ਨੂੰ ਮਤਲਬ ਮੈਨੂੰ ਕੋਈ ਗੱਲ ਕਰਕੇ ਜਾਵੇ ਤੇ ਜਾਵੇ ਕਿੱਥੇ ਯਾਨੀ ਇੰਨਾ ਭਾਰ ਵਾਲਾ ਬੰਦਾ ਤੇ ਜੱਟ ਆ ਸੱਚੀ ਮੁੱਚੀ ਤੇ ਗੱਲ ਸੁਣ ਲਾ ਤੂੰ ਤੇ ਮੈਂ ਕੋਈ ਗੱਲ ਕਰ ਰਿਹਾ ਮੈਂ ਕਿਹਾ ਚਾਚਾ ਜੀ ਤੁਸੀਂ ਨਾ ਜ਼ਿਆਦਾ ਅੰਦਰ ਰਿਹਾ ਕਰੋ ਪਤਾ ਨੀ ਕਿੱਦਾਂ ਮੈਂ ਗੱਲ ਕਰ ਰਿਹਾ ਕਿ ਅੰਦਰ ਇੱਧਰ ਤੇ ਕਹਿੰਦਾ ਬਾਂਦਰ ਮੈਂ ਕਿਹਾ ਨਹੀਂ ਅੰਦਰ ਇੱਕ ਵਾਰੀ ਨਾ ਮੇਰਾ ਭਾਈ ਵੱਡਾ ਸਭ ਤੋਂ ਨਾ ਜਿਹੜਾ ਬਾਹਰੋਂ ਥੱਕਿਆ ਟੁੱਟਿਆ ਆਇਆ ਤੇ ਆਉਂਦਾ ਹੀ ਕਮੀਜ਼ ਲਾ ਕੇ ਨਾ ਕੂਲਰ ਦੇ ਅੱਗੇ ਆਇਆ ਬਹਿ ਕੇ ਤੇ ਅੱਬੂ ਨੂੰ ਹਵਾ ਨਾ ਜਾਵੇ ਅੱਬੂ ਕਹਿੰਦੇ ਮੈਨੂੰ ਹਵਾ ਨੀ ਆਉਂਦੀ ਕਹਿੰਦੇ ਬੂਝ ਆ ਜਾਂਦੀ ਕੋਈ ਨੀ ਮੈਂ ਉਹਦਾ ਥੱਕਿਆ ਆਇਆ ਕਹਿੰਦੇ ਹਵਾ ਨੀ ਆਉਂਦੀ ਪੁੱਤ ਕਹਿੰਦੇ ਬੂਝ ਮੈਂ ਥੱਕਿਆ ਆਇਆ ਇਹਨੂੰ ਮੈਨੂੰ ਬਹੁਤਾ ਥੱਕਿਆ ਮੈਂ ਉਹਨੂੰ ਗੋਦ ਹੀ ਲੈ ਲਾ ਕਿਤੇ ਲੋ ਜੀ ਨਾਜ਼ਰੀਨ ਨੇ ਅਸੀਂ ਵੀਡੀਓ ਬਣਾਉਣੀ ਨਹੀਂ ਸੀ ਲੇਕਿਨ ਫੈਸਲ ਦੀ ਸ਼ੂਗਰ ਚੈੱਕ ਕਰਨ ਦੇ ਵਿੱਚ ਬਣ ਗਈ ਹੈ ਚਲੋ ਬਹਰਾਲ ਇਹ ਹੈ ਕਿ ਨਾਜ਼ਰੀਨ ਇਹ ਆਪਣਾ ਸਾਡਾ ਜਿਹੜਾ ਨਾ ਜਿਹੜੇ ਜਿਹੜੇ ਦੇਖ ਰਹੇ ਨੇ ਉਹ ਵੀ ਦੱਸਣ ਉਹਨਾਂ ਦੇ ਘਰਾਂ 'ਚ ਅਗਰ ਮੇਰੀਆਂ ਮਾਵਾਂ ਭੈਣਾਂ ਦੇਖ ਰਹੀਆਂ ਨੇ ਬਾਜੀਆਂ ਤੇ ਉਹ ਵੀ ਅਜੇਂਜ ਰੱਖਣ ਕਿ ਜਦੋਂ ਕਿਸੇ ਦਾ ਪਤਾ ਲੈਣ ਜਾਣਾ ਨਾ ਤੇ ਭਾਵੇਂ ਆਖਰੀ ਕੰਡੀਸ਼ਨ ਹੀ ਹੈ ਜੋ ਮਰਜ਼ੀ ਆ ਫੈਸਲਾ ਵਾਲਾ ਭਾਵੇਂ ਹਿਸਾਬ ਹੋਇਆ ਪਿਆ ਲੇਕਿਨ ਹੌਸਲਾ ਦੇ ਕੇ ਆਉਣਾ ਔਰ ਬੱਚੇ ਨਹੀਂ ਲੈ ਕੇ ਜਾਣੇ ਸ਼ੋਰ ਨਹੀਂ ਕਰਨਾ ਉਹਨਾਂ ਦਾ ਪੂਰਾ ਖਿਆਲ ਕਰਨਾ ਔਰ ਉਹਨਾਂ ਦੇ ਲਾਗੇ ਬਹਿ ਕੇ ਕੋਈ ਮਾਯੂਸੀ ਵਾਲੀ ਗੱਲ ਨਹੀਂ ਕਰਨੀ ਦੁਆ ਦੀ ਪੀਓ ਹਾਂ ਤੇਰੇ ਲਈ ਦੁਆ ਦੀ ਪੀਓ ਫੈਸਲ ਸਾਹਿਬ ਵਾਸਤੇ ਦੁਆ ਕਰਨਾ ਔਰ ਮਿੱਠੇ ਦੇ ਵਾਲਾ ਸਾਹਿਬ ਵਾਸਤੇ ਵੀ ਖਸੂਸੀ ਦੁਆ ਕਰਨਾ ਔਰ ਇਨਸ਼ਾਅੱਲਾ ਕੋ ਦੋ ਤਿੰਨ ਦਿਨਾਂ 'ਚ ਨਾ ਮੈਂ ਆਪਾਂ ਮਿੱਠੇ ਦੇ ਵਾਲਾ ਸਾਹਿਬ ਕੋ ਜਾਵਾਂਗੇ ਘਰ ਸਾਰੇ ਇਨਸ਼ਾਅੱਲਾ ਅਸੀਂ ਉਹਨਾਂ ਕੋਲ ਕੋਈ ਲੰਗਰ ਪਾਣੀ ਵੀ ਕਰਕੇ ਆਵਾਂਗੇ ਤੇ ਨਾਲ ਨਾਲ ਉਹਨਾਂ ਦੀਆਂ ਤੁਹਾਨੂੰ ਗੱਲਾਂ ਵੀ ਸੁਣਾਵਾਂਗੇ ਬੜੇ ਮਜ਼ੇਦਾਰ ਬੰਦੇ ਨੇ ਜੀਦਾਰ ਬੰਦੇ ਨੇ ਲਾਜ਼ਰੀਨ ਲਵ ਯੂ ਬਹੁਤ ਬਹੁਤ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼